ਸੱਚੀ ਗੱਲ ਦੋਸਤੋ ਮੈਂ ਤੁਹਾਡਾ ਤੀਰਤ ਸਿੰਘ ਤੇ ਮਾਸ ਕਰਦਾ ਤੁਸੀਂ ਸਾਰੇ ਜਾਣੇ ਰਾਜੀ ਖੁਸ਼ੀ ਤੇ ਚੜਦੀ ਕਲਾ 'ਚ ਹੋਵੋਗੇ ਕਿ ਤੁਹਾਡਾ ਵੀ ਪੀਟੀ ਦੇ ਫਾਈਲ ਲੱਗੀ ਹੋਈ ਆ ਹਣ ਤੱਕ ਰਿਜ਼ਲਟ ਨਹੀਂ ਆ ਰਿਹਾ ਤੁਹਾਨੂੰ ਵੀ ਡਰ ਲੱਗ ਰਿਹਾ ਅਫਵਾਹਾਂ ਵਾਂ ਕਿ ਹੁਣ ਨਾਨ ਐਸਸੀ ਫਾਈਲ ਵਾਲੇ ਦੇ ਹੁਣ ਰਿਜ਼ਲਟ ਨਹੀਂ ਆਏਗਾ ਸੋ ਅੱਜ ਮੈਂ ਤੁਹਾਡੇ ਨਾਲ ਬਹੁਤ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਇੰਪੋਰਟੈਂਟ ਹੈਗੀ ਆ ਸੋ ਅਸੀਂ ਅੱਜ ਤੁਹਾਡੇ ਨਾਲ ਇੱਕ ਆਪਣਾ ਪੀਟੀ ਤੇ ਰਿਜ਼ਲਟ ਜਿਹੜਾ ਸਾਨੂੰ ਰੀਸੈਂਟ ਰੀਸੀਵ ਹੋਇਆ ਸੀ ਉਹ ਤੁਹਾਡੇ ਨਾਲ ਸ਼ੇਅਰ ਕਰਨਾ ਪਰ ਮੈਂ ਸਟਾਰਟਿੰਗ ਵਿੱਚ ਵੀ ਕਹਦਾ ਇਹ ਕੋਈ ਪ੍ਰੋਮੋਸ਼ਨਲ ਵੀਡੀਓ ਨਹੀਂ ਹੈਗੀ ਆ ਸੋ ਮੈਂ ਪੀਟੀ ਦੇ ਜਿਹੜੇ ਘੱਟ ਸਕੋਰ ਵਾਲੇ ਬੱਚਿਆਂ ਨੂੰ ਕੋਈ ਮੋਟਿਵੇ ਅਟਰੈਕਟ ਨਹੀਂ ਕਰ ਰਿਹਾ ਮੋਟੀਵੇਟ ਤਾਂ ਜ਼ਰੂਰ ਕਰੂੰਗਾ ਬੇਟਾ ਉਹ ਮੇਰਾ ਕੰਮ ਆ ਕਿ ਬੱਚੇ ਨੂੰ ਪੋਜ਼ਿਟਿਵ ਰੱਖਾਂ ਮੋਟੀਵੇਟ ਰੱਖਾਂ ਪਰ ਅਟਰੈਕਟ ਨਹੀਂ ਕਰ ਰਿਹਾ ਮਤਲਬ ਬੱਚੇ ਨੂੰ ਇਹ ਨਹੀਂ ਕਹਿ ਰਿਹਾ ਕਿ ਬਸ ਇੰਨਾ ਸਕੋਰ ਆ ਦੇ ਆਜੋ ਤੁਹਾਡਾ ਵੀਜ਼ਾ ਗਰੰਟੀ ਨਾਲ ਲਵਾ ਦੇ ਲਗੇ ਬਿਲਕੁਲ ਇਦਾਂ ਨਹੀਂ ਹੈਗਾ ਸੋ ਅੱਜ ਸਟੂਡੈਂਟ ਲਈ ਪੋਜ਼ਿਟਿਵਿਟੀ ਲਈ ਇੱਕ ਵੀਡੀਓ ਤੁਹਾਡੇ ਲੈ ਕੇ ਆ ਰਹੇ ਹਾਂ ਕਿਉਂਕਿ ਬਹੁਤ ਇੱਕ ਵੱਡੇ ਲੈਵਲ ਤੇ ਇੱਕ ਹਾਈਪ ਕਰੀਏਟ ਹੋ ਗਈ ਆ ਕਿ ਹੁਣ ਪੀਟੀਸੀ ਦੇ ਰਿਜ਼ਲਟਸ 네ਗੇਟਿਵ non asies ਇੱਕ ਪਾਸੋ ਰੱਖ ਕੇ ਸਾਰੇ ਰਿਫਿਊਜ਼ ਹੋ ਰਹੇ ਬਟ ਇਹ ਅਸੀਂ ਸ਼ੁਰੂ ਤੋਂ ਕਹਿੰਦੇ ਆ ਰਹੇ ਬਿਲਕੁਲ ਫੇਕ ਆ ਇਦਾਂ ਨਹੀਂ ਹੈਗਾ ਹਮੇਸ਼ਾ ਪ੍ਰੋਫਾਈਲ ਟੂ ਪ੍ਰੋਫਾਈਲ ਚੀਜ਼ਾਂ ਮੈਟਰ ਕਰਦੀਆਂ ਸੋ ਇੱਕ ਬਹੁਤ ਖੁਸ਼ੀ ਦੀ ਗੱਲ ਵੀ ਹੈਗੀ ਆ ਕਿ ਇਸ ਪ੍ਰੋਫਾਈਲ ਦੇ ਵਿੱਚ ਅਸੀਂ ਇੱਕ ਪੀਟੀਯੂ ਤੇ ਵੀਡੀਓ ਤੁਹਾਡੇ ਨਾਲ ਰਿਲੀਜ਼ ਕੀਤੀ ਸੀਗੀ ਜਿਹੜੇ ਕਿ ਸਾਡੇ ਪੀਨਾਕਲ ਦੇ ਫੇਸਬੁੱਕ ਚੈਨਲ ਤੇ ਵੀ ਹੈਗੀ ਆ ਪੀਨਾਕਲ ਦੇ YouTube ਚੈਨਲ ਤੇ ਵੀ ਹੈਗੀ ਆ ਇੱਥੇ ਵੀ ਅਸੀਂ ਡੱਲਾ ਜੀ ਨਾਲ ਮੰਚ ਤੇ ਸਾਂਝੀਆਂ ਕੀਤੀਆਂ ਅਸੀਂ ਇਹ ਗੱਲਾਂ ਕਿ ਜੇਕਰ ਤੁਸੀਂ non asies ਕੈਟਾਗਰੀ ਤੇ ਹੁਣ ਫਾਈਲ ਲਾਉਣਾ ਚਾਹੁੰਦੇ ਆ ਤੇ ਕਿਹੜੀਆਂ ਕਿੜੀਆਂ ਗੱਲਾਂ ਦਾ ਖਿਆਲ ਰੱਖੋ ਤੇ ਸਭ ਤੋਂ ਪਹਿਲਾਂ ਦਾ ਤੁਹਾਡੇ ਨਾਲ ਰਿਜ਼ਲਟ ਸਾਂਝਾ ਕਰਨਾ ਚਾਹੂੰਗਾ ਜਿਹੜਾ ਕਿ ਅਸੀਂ ਅੱਜ ਆ ਸਟੂਡੈਂਟ ਦੀ ਪੀਪੀਆਰ ਰੀਸੀਵ ਹੋਈ ਆ ਸਟੂਡੈਂਟ ਦਾ ਨਾਮ ਕਰਮਵੀਰ ਕੌਰ ਆ ਤੇ ਸਭ ਤੋਂ ਮੋਸਟ ਇੰਪੋਰਟੈਂਟ ਕਿ ਬੱਚੇ ਵੀ ਦੇਖਣਾ ਚਾਣਗੇ ਕਿ ਉਹਨਾਂ ਦਾ ਜਿਹੜਾ ਪੀਟੀ ਦਾ ਰਿਜ਼ਲਟ ਪੀਟੀ ਦਾ ਰਿਜ਼ਲਟ 55 ਨਾਟ ਲੈਸ ਦੈਨ 51 ਆ ਸਟੂਡੈਂਟ ਨੂੰ ਆ ਜਿਹੜੀ ਕਿ ਪੀਪੀਆਰ ਰੀਸੀਵ ਹੋਈ ਆ ਸੋ ਸਭ ਤੋਂ ਪਹਿਲਾਂ ਤਾਂ ਮੁਬਾਰਕਾ ਦਵਾਂਗਾ ਸਟੂਡੈਂਟ ਨੂੰ ਤੇ ਅੱਜ ਮੈਂ ਇੱਕ ਵਾਰੀ ਦੁਬਾਰਾ ਕਹਿ ਦਵਾ ਬੇਟਾ ਬਿਲਕੁਲ ਵੀ ਮੈਂ ਅੱਜ ਵੀ ਦੁਬਾਰਾ ਮਾਜੇ ਵੀ ਉਥੇ ਆਪਣੀ ਵਰਡਿੰਗ ਤੇ ਹਾਂ ਕਿ ਜੇਕਰ ਤੁਸੀਂ ਪੀਟੀ ਦੇ ਫਾਈਲ ਲਾਉਣਾ ਚਾਹੁੰਦੇ ਆ 58 ਨਾਟ ਲੈਸਨ 58 ਸਕੋਰ ਲਾਓ ਚਾਹੇ 10+2 ਵਾਲਾ ਬੱਚਾ ਚਾਹੇ ਗ੍ਰੈਜੂਏਸ਼ਨ ਵਾਲਾ ਬੱਚਾ ਵੀਜ਼ੇ ਦੀ ਹਾਈ ਸਕਸੈਸ ਰੇਟ ਵੀਜ਼ੇ ਦੇ ਚਾਂਸਸ ਵਧਾਉਣ ਵਾਸਤੇ ਬਟ ਇਸ ਪ੍ਰੋਫਾਈਲ ਦੇ ਵਿੱਚ ਮੈਂ ਦੱਸ ਦਵਾ ਇਹ ਕਿ ਨਹੀਂ ਕਹੋਗੇ ਕਿ ਮੈਂ ਇਹ ਨਹੀਂ ਬਿਲਕੁਲ ਕਹਿੰਦਾ ਕਿ ਫਲੂਕ ਲੱਗਾ ਜਾਂ ਕੁਛ ਹੈਗਾ ਟੁੱਕਾ ਲੱਗਿਆ ਬਿਲਕੁਲ ਨਹੀਂ ਜਿੱਦਾਂ ਕਿ ਅਸੀਂ ਤੁਹਾਡੇ ਨਾਲ ਡਿਸਕਸ ਕੀਤਾ ਸੀਗਾ ਜੇਕਰ ਤੁਹਾਡੀ ਨਾਨ ਐਸੀਐਸ ਪ੍ਰੋਫਾਈਲ ਹੈਗੀ ਹੈ ਇੱਕ ਚੋ 5.5 ਹੈਗੀ ਆ ਪੀਟੀ ਹੈਗਾ ਵਾ ਟਾਫ ਵੈਲ ਹੈਗਾ ਵਾ ਕਿਹੜੀਆਂ ਗੱਲਾਂ ਦਾ ਖਿਆਲ ਰੱਖੋ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਬੇਟਾ ਸਭ ਤੋਂ ਮੋਸਟ ਇੰਪੋਰਟੈਂਟ ਪੁਆਇੰਟ ਫੰਡਿੰਗ ਫਾਈਨੈਂਸ਼ੀਅਲ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਫਾਈਨੈਂਸ਼ੀਅਲ ਸਬ ਪਲੈਨਿੰਗ ਫॉर ਸਬਸੀਕੁਐਂਟ ਈਅਰ ਇਹ ਬੜਾ ਕਲੌਜ਼ ਬੱਚਿਆਂ ਨੂੰ ਦੇਖਣ ਨੂੰ ਮਿਲਦੇ ਆ ਸਪੈਸ਼ਲੀ ਨਾਨ ਐਸੀਐਸ ਪ੍ਰੋਫਾਈਲ ਵਾਲੇ ਬੱਚਿਆਂ ਨੂੰ ਸੋ ਇਸ ਪ੍ਰੋਫਾਈਲ ਦੇ ਵਿੱਚ ਜਿਹੜਾ ਚ ਮੈਂ ਤੁਹਾਡੇ ਨਾਲ ਗੱਲ ਕਰਾਂ ਇਹਨਾਂ ਕੋਲ ਫਾਈਨੈਂਸ਼ਲੀ ਬਹੁਤ ਵਧੀਆ ਸੀਗੇ ਬੱਚੇ ਇਹਨਾਂ ਕੋਲ ਸੀਏ ਰਿਪੋਰਟਸ ਆਈਟੀਆਰਸ ਬੈਂਕ ਚ ਫੰਡਿੰਗ ਵੀ ਵਧੀਆ ਸੀਗੀ ਆਪਣੀ ਸੋ ਇੱਕ ਵਾਰੀ ਮੈਂ ਦੁਬਾਰਾ ਦੱਸਣਾ ਚਾਹੂੰਗਾ ਮੇਨ ਇੰਪੋਰਟੈਂਟ ਬੜੇ ਕਰੀ ਨਾਲ ਇਹ ਵੀ ਦੱਸ ਦਵਾ ਮੇਰਾ ਲਾਸਟ ਵੀਕ ਇੱਕ ਪੀਟੀ ਤੇ ਵੀਜ਼ਾ ਵੀ ਰਿਫਿਊਜ਼ ਹੋਇਆ 74 ਤੇ ਜਿਹੜਾ ਕਿ ਮੇਰੇ ਲਈ ਮੇਰੇ ਲਈ ਇੱਕ ਬਹੁਤ ਵੱਡਾ ਸ਼ੌਕ ਸੀਗਾ ਦੁਬਾਰਾ ਫਾਈਲ ਮੈਂ ਲੌਂਚ ਕਰ ਚੁੱਕਾ ਅਕੈਡਮਿਕਸ ਕੋਈ ਪ੍ਰੋਬਲਮ ਨਹੀਂ ਨਥਿੰਗ ਉਹਨਾਂ ਦੇ ਵਹੀ ਲਿਖ ਕੇ ਆਇਆ ਫਾਈਨੈਂਸ਼ੀਅਲ ਪਲੈਨਿੰਗ ਫॉर ਸਬਸੀਕਿਉਂਟੀ ਹੈ ਜਿਹੜਾ ਕਿ ਇੱਕ ਮੈਨੂੰ ਲੱਗਦਾ ਕਿ ਬਹੁਤ ਇੰਪੋਰਟੈਂਟ ਰੋਲ ਪਲੇ ਕਰ ਰਿਹਾ ਸੋ ਟਰਾਈ ਕਰੋ ਫਾਈਲ ਐਸ ਡੀ ਐਸ ਕੈਟੇਗਰੀ ਚਲਾਓ ਪੀਟੀ ਚ ਜਿੰਨਾਂ ਦੀਆਂ ਜੋ ਨਾਨ ਐਸ ਆਈ ਐਸ ਫਾਈਲ ਲਗੀਆਂ ਹੋਈਆਂ ਹੁਣ ਇਹ ਰਿਜ਼ਲਟ ਤੁਹਾਨੂੰ ਦਿਖਾਉਣ ਨੂੰ ਮਤਲਬ ਅਸੀਂ ਪੋਜ਼ਿਟਿਵਿਟੀ ਕੀ ਰਿਜ਼ਲਟ ਪੋਜ਼ਿਟਿਵ ਵੀ ਆ ਰਹੇ ਆ ਨੈਗੇਟਿਵ ਦੇ ਨਾਲ ਦੀ ਨਾਲ ਸੋ ਜੇਕਰ ਹੁਣ ਤੁਸੀਂ ਜਿਹੜੇ ਬੱਚਨੇ ਅਜੇ ਫਾਈਲ ਲੋਜ ਨਹੀਂ ਕੀਤੀ ਹੋਈ ਅਜ ਉਹਨਾਂ ਵਾਸਤੇ ਵੀ ਬੇਟਾ ਥੋੜਾ ਕੌਂਗਾ ਚੀਚਾ ਖਿਆਲ ਰੱਖ ਕੇ ਲਾਓ ਨਹੀਂ ਤਾਂ ਥੋੜਾ ਜਿਹਾ ਬ੍ਰੇਕ ਲੈ ਕੇ ਆਪਣੀ ਜੇਕਰ ਤੁਸੀਂ ਪੀਟੀ ਚ 58 ਲੈ ਸਕਦੇ ਆ ਤੈਨੂੰ ਐਸਡੀਐਸ ਕਨਵਰਟ ਕਰਕੇ ਹੀ ਫਾਈਲ ਆਓ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਜੇਕਰ ਨੋਨ ਐਸੀਐਸ ਫਾਈਲ ਲਾਉਣੀ ਹੈ ਨੋਨ ਐਸੀਐਸ ਵੀ ਵੀਜ਼ਾਸ ਆਨ ਦੇ ਆ ਨੋਨ ਐਸੀਐਸ ਤੇ ਜੇ ਫਾਈਲ ਲਾਉਣੀ ਆ ਸਭ ਤੋਂ ਪਹਿਲੀ ਗੱਲ ਤੁਹਾਡੀ ਸੀਏ ਰਿਪੋਰਟ ਕਈ ਵਾਰੀ ਬੱਚਿਆਂ ਨੇ ਵੀਡੀਓਸ ਨਾਲ ਕਮੈਂਟ ਕੀਤੇ ਸੀ ਸਰ ਸੀਏ ਰਿਪੋਰਟ ਕਿਉਂ ਸੀਏ ਰਿਪੋਰਟ ਕਿਤੇ ਲਿਖਿਆ ਤੇ ਹੈ ਨਹੀਂਗਾ ਬੜਾ ਲਿਖਿਆ ਤੇ ਕੁਝ ਵੀ ਨਹੀਂ ਹੈਗਾ ਲਿਖਿਆ ਤਾਂ ਬਟ ਕਈ ਚੀਜ਼ਾਂ ਹੁੰਦੀਆਂ ਕਿ ਚੀਜ਼ਾਂ ਨੂੰ ਪ੍ਰੂਵ ਕਰਨਾ ਪੈਂਦਾ ਕਿ ਹਾਂ ਜਿਹੜੀ ਵੀ ਮੈਂ ਤੁਹਾਡੇ ਕੋਲ ਇਨਫੋਰਮੇਸ਼ਨ ਦੇ ਰਿਹਾ ਥੈਟ ਇਜ਼ ਆਥੈਂਟਿਕ ਥੈਟ ਇਜ਼ ਜੈਨੂਇਨ ਇਟਸ ਸੱਚੀ ਤੇ ਜਿਹੜੀ ਸੀਏ ਰਿਪੋਰਟ ਹੁੰਦਾ ਇੱਕ ਟੂਟਲ ਨੱਟਸ਼ੈਲ ਹੁੰਦਾ ਤੁਹਾਡੀ ਫਾਈਨੈਂਸ਼ੀਅਲ ਤੁਹਾਡੇ ਸਪਾਂਸਰਸ ਦੀ ਫਾਈਨੈਂਸ਼ੀਅਲ ਅਬਿਲਿਟੀ ਦਾ ਕਿ ਹਾਂ ਵੀ ਇਨਾਂ ਕੋਲ ਇੰਨੀ ਪ੍ਰਾਪਰਟੀ ਆ ਉਹ ਸਰਟੀਫਾਈਡ ਹੁੰਦੀ ਆ ਡਾਕੂਮੈਂਟ ਤੇ ਜਰੂਰ ਸੀਏ ਰਿਪੋਰਟ ਨਾਨ ਐਸਜੀਐਸ ਕੈਟਾਗਰੀ ਵਾਲੇ ਬੱਚੇ ਆਪਣੀ ਫਾਈਲ ਦੇ ਵਿੱਚ ਜਰੂਰ ਲਾਉਣ ਜਿਨ੍ਹਾਂ ਨੇ ਹਜੇ ਵੀ ਆਪਣੀਆਂ ਫਾਈਲ ਸਾਨੂੰਆਂ ਨੀ ਆ ਦੂਸਰੀ ਹੈਗੀ ਆ ਇਹਦਾ ਹੀ ਪਾਰਟ ਆ ਆਈਟੀਆਰਸ ਐਨੂਅਲ ਇਨਕਮ ਜੀ ਫਾਰਮ ਤਸੀਲਦਾਰ ਸਰਟੀਫਿਕੇਟ ਆਪਣੀ ਸਾਲਾਨਾ ਇਨਕਮ 9 ਤੋਂ 10 ਲੱਖ ਤੁਹਾਡੇ ਪੇਰੈਂਟਸ ਦੀ ਤੁਹਾਡੇ ਨਾਨਾ ਨਾਨਾ ਜੀ ਤੁਹਾਡੇ ਦਾਦਾ ਦਾਦੀ ਜੀ ਤੁਹਾਡੇ ਅੰਕਲ ਆਂਟੀ ਜਿਹੜੇ ਵੀ ਤੁਹਾਨੂੰ ਸਪான்ਸਰ ਕਰਨਾ ਚਾਹੁੰਦੇ ਆ ਸੋ 9 ਤੋਂ 10 ਲੱਖ ਇਨਕਮ ਇੱਕ ਜਾਂ ਦੋ ਤਿੰਨ ਜਣੇ ਦੀ ਮਿਲਾ ਕੇ ਘੱਟੋ ਘੱਟ ਹੋਣੀ ਚਾਹੀਦੀ ਆ ਜਿਹੜੇ ਤੁਹਾਨੂੰ ਸਪான்ਸਰ ਕਰਦੇ ਆ ਤੇ ਤੀਸਰਾ ਪੁਆਇੰਟ ਤੁਹਾਡੇ ਕੋਲ ਨੈਕਸਟ ਈਅਰ ਦੀ ਅਗਲੇ ਸਾਲ ਦੀ ਫੀਸ ਤੇ ਆਏ ਚਾਹੇ ਤੁਸੀਂ ਇੱਕ ਸਾਲ ਦੀ ਫੀਸ ਵੀ ਜ਼ਰੂਰ ਦਿਓ ਜੀਆਈਸੀ ਵੀ ਜ਼ਰੂਰ ਦਿਓ ਬਟੇ ਮੈਂ ਜ਼ੋਰ ਪਾ ਕੇ ਕਹਿ ਰਿਹਾ ਬੇਟਾ कि ਆਪਣੇ ਅਗਲੇ ਸਾਲ ਦੀ ਫੀਸ ਦੇ ਲਗਭਗ ਥੋੜਾ ਬੋੜਾ ਰਾਉਂਡ ਪੈਸੇ ਆਪਣੇ ਖਾਤੇ 'ਚ ਜਰੂਰ ਸ਼ੋ ਕਰਾਓ ਬਟ ਨਾਲ ਇਹਦੇ 'ਚ ਐਡ ਆਨ ਕਰਦਾ ਵਿਆਜ ਦੀ ਮਾਰ ਤੋਂ ਜਰੂਰ ਬਚੋ ਕਿਉਂਕਿ ਵੀਜ਼ਾ ਕਿਸੇ ਦੇ ਹੱਥ ਗੈਰੰਟੀ ਨਹੀਂ ਆ ਬਟ ਵਿਆਜ ਪੈਸੇ ਕਿਉਂਕਿ ਇਹ ਦੁਬਾਰਾ ਦੌਰ ਚੱਲ ਪੈਣਾ ਹੁਣ ਚੱਲ ਚੁੱਕਾ ਵਾ ਬੱਚਿਆਂ ਤੋਂ ਦੁਬਾਰਾ ਫੰਡਿੰਗ ਦੇ ਨਾਂ ਤੇ ਪਹਿਲੇ ਲੈਣੇ ਸ਼ੁਰੂ ਹੋ ਚੁੱਕੇ ਆ ਸੋ ਮੈਂ ਹਮੇਸ਼ਾ ਬੱਚਿਆਂ ਨੂੰ ਐਡਵਾਈਸ ਕਰਦਾ ਜਿਹੜਾ ਕਿਸੇ ਨੂੰ ਫੰਡਿੰਗ ਦੇ ਨਾਂ ਤੇ ਪੈਸੇ ਦੇਣੇ ਨਾ ਉਹੀ ਆਈਜ਼ਾ ਪੇਪਰ ਦੁਆਰਾ ਦੇ ਦਿਓ ਉਹੀ ਤੁਸੀਂ ਆਪਣਾ ਆਪਣੀ ਇੰਗਲਿਸ਼ ਆਪਣੇ ਦੇ ਮਿਹਨਤ ਕਰ ਲਓ ਆਪਣੀ ਲੈਂਗੁਏਜ ਬਿਲਿਟੀ ਤੇ ਮਿਹਨਤ ਕਰ ਲਓ ਕਿ ਤਾਂ ਕਿ ਤੁਹਾਡੀ ਫਾਈਲ ਐਸੀਐਸ ਕਨਵਰਟ ਹੋ ਜੇ ਆਪਾਂ ਬਚ ਜੀਏ ਅੱਜ ਦੀ ਡੇਟ ਪਿੱਛੇ ਥੋੜਾ ਜਿਹਾ ਐਮਬੈਸੀ ਸਟ੍ਰਿਕਟ ਹੋਈ ਆ ਇਹ ਨਹੀਂ ਕਿ ਹੋਇਆ ਕਿ ਐਮਬੈਸੀ ਨੇ ਹੁਣ ਵੀਜ਼ਾ ਦੇਨੇ ਬਿਲਕੁਲ ਹੀ ਬੰਦ ਕਰਤੇ ਬਿਲਕੁਲ ਵੀ ਇਦਾਂ ਨਹੀਂ ਹੈਗਾ ਸੋ ਸਟੂਡੈਂਟ ਨੂੰ ਮੈਂ ਇੱਕ ਵਾਰੀ ਦੁਬਾਰਾ ਕਹੂੰਗਾ ਅੱਜ ਦਾ ਜਿਹੜਾ ਵੀਜ਼ਾ ਪੀਪੀਆਰ ਦਿਖਾਉਂਦਾ ਮੇਰਾ ਮੋਟਿਵੇਸ਼ਨ ਹੈ ਕਿ ਨੌਨ ਐਸਡੀਐਸ ਵਾਲੇ ਬੱਚੇ ਵਧੀਆ ਰਹਿਣ ਨੌਨ ਐਸੀਐਸ ਬੱਚੇ ਫੰਡਿੰਗ ਦੇ ਨਾਲ ਦੀ ਨਾਲ ਗਲਤੀ ਦੀ ਗੁੰਜਾਇਸ਼ ਨਹੀਂ ਹੈਗੀ ਤੁਹਾਡੀ ਐ ਉਹ ਤਾਂ ਚਲੋ ਅਸੀਂ ਹਰ ਫਾਈਲ ਦੇ ਵਿੱਚ ਪੂਰਾ ਖਿਆਲ ਰੱਖਦੇ ਆ ਕਿ ਕਿਸੇ ਤਰ੍ਹਾਂ ਦੀ ਕਮੀ ਨਾ ਰਹੇ ਜੇ ਹਰ ਤਰ੍ਹਾਂ ਦੀ ਬੱਚੇ ਦੀ ਪ੍ਰੋਫਾਈਲ ਤੇ ਉਹਦੇ ਫਿਊਚਰ ਗੋਲਸ ਉਹਦੀਆਂ ਜਿਹੜੀਆਂ ਇੰਟੈਂਸ਼ਨਸ ਤੇ ਵਰਕ ਆਊਟ ਕੀਤਾ ਜਾਂਦਾ ਪ੍ਰੋਪਰ ਔਰ ਜੈਨੂਇਨ ਕੋਰਸ ਔਥੈਂਟੀਕੇਟ ਕੀਤਾ ਜਾਂਦਾ 1 ਟੂ 1 ਕੇਸਸ ਤੇ ਪੂਰੀ ਮਿਹਨਤ ਕੀਤੀ ਜਾਂਦੀ ਸਾਡੀ ਟੀਮ ਵੱਲੋਂ ਸੋ ਮੈਂ ਦੱਸਣਾ ਚਾਹੂੰਗਾ ਇੱਕ ਵਾਰੀ ਫੇਰ ਮੇਰਾ ਆਪਣਾ ਵੀ 74 ਦੇ ਵੀ ਪੀਟੀ ਦਾ ਵੀਜ਼ਾ ਰਿਫਿਊਜ਼ ਹੋਇਆ ਜੋ ਕਿ ਸੱਚਾਈ ਆ ਸੋ ਮੈਂ ਬਿਲਕੁਲ ਵੀ ਉਹ ਚੀਜ਼ ਨੂੰ ਹਾਈਡ ਨਹੀਂ ਕਰਦਾ ਸੋ ਇਹ ਹੋਇਆ ਵੀ ਮੇਰੇ ਨਾਲ ਬਟ ਮੇਰੇ ਲਈ ਬਹੁਤ ਵੱਡਾ ਸ਼ੌਕ ਸੀਗਾ ਕਿਉਂਕਿ ਉਸ ਪ੍ਰੋਫਾਈਲ ਤੇ ਮੈਂ ਨਹੀਂ ਸੋਚਿਆ ਸੀ ਕਿ ਇਹਦੀ ਰਿਫਿਊਜ਼ਲ ਆ ਜੂਗੀ ਗਾਰੰਟੀ दैट्स ਵਾਈ ਬਟਾ ਸੀ ਕਿਸੇ ਕੇਸ ਦੀ ਤਾਂ ਨਹੀਂ ਦਿੰਦੇ ਗਾਰੰਟੀ ਦਿੰਦੇ ਸੀ ਜੈਨੂਨ ਕੰਮ ਦੀ ਉਸ ਫਾਈਲ ਚ ਕੋਈ ਗਲਤੀ ਨਹੀਂ ਸੀ ਅਸੀਂ ਦੁਬਾਰਾ ਲਾਂਚ ਕਰਤੀ ਫਾਈਲ ਸੋ ਜਿੰਨਾ ਅਸੀਂ ਹੁਣ ਅਨਲਿਸਿਸ ਕੀਤਾ ਕਿ ਜਿਹੜੇ ਬੱਚੇ ਪੋਜ਼ਿਟਿਵ ਰਿਜ਼ਲਟ ਲੈ ਰਹੇ ਆ ਨਾਨ ਐਲਰਜੀਅਸ ਕੇਸਸ ਸੀ ਉਹ ਕੀ ਹੈਗਾ ਵਾ ਉਹ ਏ ਚੀਜ਼ ਆ ਹੈਗੀ ਆ ਬੜਾ ਫਾਈਨੈਂਸ਼ੀਅਲ ਅਬਿਲਿਟੀ ਦੂਸਰੀ ਗੱਲ ਆਲਸ ਵਾਲੇ ਬੱਚੇ ਇੱਕ ਚੋ 5.5 ਜਿਹੜੇ ਬੱਚਿਆਂ ਦੇ ਖਾਸ ਕਰ ਸਕੋਰ ਹੈਗਾ ਨਾ ਪੀਟੀ ਦੇ ਚੋ ਲੋ ਸਕੋਰ ਜ਼ਿਆਦਾ ਮੈਂ ਗੱਲ ਕਰਦਾ ਇੱਕ ਚੋ 5.5 ਵਾਲੇ ਬੱਚੇ ਉਹ ਵੀ ਵਰਕ ਆਊ ਫਾਈਨੈਂਸ਼ੀਅਲਸ ਆ ਜਰੂਰ ਆਪਣੇ ਨਾਲ ਨਾ ਫਾਈਨੈਂਸ਼ੀਅਲ ਦੇ ਨਾਮ ਨਾਲ ਜੀਕਰ ਉਹਨਾਂ ਦੀ ਕਰੀਅਰ ਜ਼ਿੰਦਗੀ ਦੇ ਵਿੱਚ ਕੋਈ ਐਕਸਟਰਾ ਪੜ੍ਹਾਈ ਤੋਂ ਉਹਨਾਂ ਕੋਲ ਅਬਿਲਿਟੀਜ਼ ਹੈਗੀਆਂ ਕੁਝ ਸਮਥਿੰਗ ਉਹਨਾਂ ਨੇ ਸਪੋਰਟਸ ਦੇ ਵਿੱਚ ਪਾਰਟ ਲਿਆ ਆ ਜੋ ਟਿਪਸ ਦੇ ਰਹੇ ਆ ਇੱਕ ਚੀਜ਼ ਇਹ ਜਿਹੜੀਆਂ ਸਾਰੀਆਂ ਗੱਲਾਂ ਕਾਪੀ ਪੈਨ ਕਰਕੇ ਨੋਟ ਕਰ ਲਓ ਵੱਧ ਤੋਂ ਵੱਧ ਇਹਨੂੰ ਵੀਡੀਓ ਨੂੰ ਸ਼ੇਅਰ ਕਰੋ ਕਿਉਂਕਿ ਬਹੁਤ ਬੱਚੇ ਆ ਨਾਨ ਐਸ ਡੀ ਐਸ ਵਾਲੇ ਡਰੇ ਪਏ ਆ ਸਾਰੇ ਬੱਚੇ ਲਾਈਵ ਸ਼ੋਅ ਦੇ ਵਿੱਚ ਨਾ ਫੋਨ ਦੀ ਮੈਸੇਜ ਇਸ ਛੜੀ ਲੱਗ ਜਾਂਦੀ ਆ ਸੋ ਇਹ ਚੀਜ਼ਾਂ ਤੁਸੀਂ ਵਰਕ ਆਊਟ ਕਰਨਾ ਕਿ ਜੇਕਰ ਤੁਹਾਡੀ 1.5 ਆ ਗਿਆ ਦੇਖੋ ਪਲੱਸ ਪੁਆਇੰਟ ਕੀ ਹੈ ਤੁਹਾਡੀ ਫਾਈਲ ਦੇ ਵਿੱਚ ਕਿਹੜੇ ਸਬਜੈਕਟ ਵਿੱਚ ਮਾਰਕਸ ਜ਼ਿਆਦਾ ਉਹਨੂੰ ਹਾਈਲਾਈਟ ਕਰ ਦਿਓ ਉਹਦੇ ਨਾਲ ਦਾ ਕੋਰਸ ਦੂਸਰੀ ਗੱਲ ਦੇਖੋ ਕੋਈ ਤੁਹਾਡੇ ਕੋਲ ਐਕਸਟਰਾ ਕਰੀਕੂਲ ਐਕਟੀਵਿਟੀ ਸਿਗੀਆਂ სპੋਰਟਸ ਦੀ ਐਕਟੀਵਿਟੀ ਸਿਗੀਆਂ ਜਾਂ ਤੁਸੀਂ ਕੋਈ ਇਵੈਂਟ ਮੈਨੇਜਮੈਂਟ ਕੀਤਾ ਹੈ ਸਕੂਲ 'ਚ ਤੁਹਾਨੂੰ ਉਹਦਾ ਕੋਈ ਸਰਟੀਫਿਕੇਸ਼ਨ ਮਿਲੀ ਹੋਈ ਆ ਐਕਸਟਰਾ ਦਿਖਾਣਾ ਆਪ ਆਪਣੀ ਫਾਈਲ ਨੂੰ ਕਿਉਂਕਿ ਇਹ ਉਹ ਚੀਜ਼ਾਂ ਦੱਸ ਰਿਹਾ ਜਿਹੜੀਆਂ ਕਿ ਮੈਂ ਅਸੀਂ ਪਿਨਾਕਲ ਪਿਨਾਕਲ ਦੀ ਟੀਮ ਨੇ ਸਟੂਡੈਂਟਸ ਦੀਆਂ ਪ੍ਰੋਫਾਈਲਸ ਕੀਤੀਆਂ ਤੇ ਸਾਨੂੰ ਸਟੂਡੈਂਟਸ ਦੇ ਪੋਜ਼ਿਟਿਵ ਰਿਜ਼ਲਟ ਆਇਆ ਸੋ ਹਮੇਸ਼ਾ ਦੋ ਤਰ੍ਹਾਂ ਦਾ ਵਰਕਮਾਡਲ ਹੈ ਬੇਟਾ ਅਸੀਂ ਤਾਂ ਪੂਰੀ ਟਰਾਈ ਕਰਦੇ ਆ ਕਿ ਸਟੂਡੈਂਟ ਦਾ ਮੈਕਸਿਮਮ ਮੈਕਸਿਮਮ ਟੂ ਮੈਕਸਿਮਮ ਅਸੀਂ ਬੱਚਿਆਂ ਦੇ ਕੇਸਸ ਪੋਜ਼ਿਟਿਵ ਵਿੱਚ ਕਨਵਰਟ ਕਰ ਪਾਈਏ ਖਾਸ ਕਰ ਜਿਹੜੇ ਬੱਚੇ ਪਿਨਾਕਲ ਤੇ ਟਰਸਟ ਕਰਦੇ ਆ ਪਿਨਾਕਲ ਦੀਆਂ ਸਰਵਿਸਿਜ਼ ਲੈਂਦੇ ਆ ਸੋ ਅੱਜ ਇੱਕ ਵਾਰੀ ਦੁਬਾਰਾ ਵੀ ਕਹੂੰਗਾ ਬੇਟਾ ਮੇਰੇ ਕੋਲ ਵੀ ਜਰੂਰ ਤੁਸੀਂ ਦੁਬਾਰਾ ਆਉਣਾ ਜਾਂ ਕਿਸੇ ਵੀ ਆਪਣੀ ਏਜੰਟ ਕੋ ਜਾਂਦੇ ਆ ਟੈਕਨੀਕਲ ਸਵਾਲਾਂ ਦੀ ਲਿਸਟ ਲੈ ਕੇ ਜਾਣੀ ਆ ਇਹ ਚੀਜ਼ ਨਹੀਂ ਪੁੱਛਣੀ ਕਿ ਵੀਜ਼ੇ ਲੱਗੇ ਇਹ ਚੀਜ਼ ਨਹੀਂ ਸੁਣਨੀ ਕਿ ਵੀਜ਼ੇ ਲੱਗੇ ਦੇਖ ਲੋ ਬੜਾ ਵੀਜ਼ੇ ਲੱਗੇ ਦੇਖਣੇ 5 7 10000 ਤਾਂ ਵੀਜ਼ਾ ਤੁਹਾਨੂੰ ਮੈਂ ਵੀ ਦਿਖਾ ਦੂੰਗਾ ਪਿਛਲੇ ਇੰਨੇ ਸਾਲਾਂ ਦੇ ਘੱਟੋ ਘੱਟ ਹੋਣੇ ਜ਼ਿਆਦਾ ਹੀ ਹੋਣਗੇ ਸੋ ਵੀਜ਼ੇ ਲੱਗੇ ਨਹੀਂ ਦੇਖਨੇ ਤੁਹਾਡੀ ਪ੍ਰੋਫਾਈਲ ਤੇ ਕੀ ਆਇਆ ਉਹ ਚੀਜ਼ ਜ਼ਿਆਦਾ ਮੈਟਰ ਕਰਦੀ ਆ ਅਦੇ ਕੋ 55 ਨਾਟ ਲੈਸ ਅ 51 ਤੇ ਵੀਜ਼ਾ ਆਇਆ ਸੋ ਇੱਕ ਪਾਸੇ ਤੇ ਇੱਕ ਪਾਸੇ 74 ਵਾਲਾ ਪੀਟੀ ਦਾ ਵੀ ਬੱਚਾ ਰਿਫਿਊਜ਼ ਹੋਇਆ ਸੋ ਤੁਹਾਡੀ ਫਾਈਲ ਤੇ ਕੀ ਚੀਜ਼ ਹੁੰਦੀ ਆ ਉਹ ਚੀਜ਼ ਜ਼ਿਆਦਾ ਮੈਟਰ ਕਰਦੀ ਆ ਸੋ ਹਮੇਸ਼ਾ ਫੋਕਸ ਰੋ ਟੈਕਨੀਕਲ ਜਿਹੜੇ ਸਵਾਲ ਆ ਮੌਕੇ ਦੇ ਆ ਜਿਹੜੇ ਅੱਜ ਦੀਆਂ ਚੀਜ਼ਾਂ ਹੁੰਦੀਆਂ ਨਾ ਉਸ ਕੰਸਲਟੈਂਟ ਕੋਲ ਜਾਓ ਜਿਹੜੇ ਅ ਅਸੀਂ ਲਾਈਵ ਹੋਣਾ ਹੁੰਦਾ ਬੇਟਾ ਸੋ ਸਾਡਾ ਤਾਂ ਅਪਡੇਟ ਰਹਿਣਾ ਤਾਂ ਪੂਰਾ ਫਰਜ਼ ਆ ਕਿ ਲਾਈਵ ਤੇ ਕੀ ਬੱਚਾ ਕਿਹੜਾ ਬੱਚਾ ਕਿਹੜਾ ਸਵਾਲ ਪੁੱਛ ਲੈ ਜੀ ਅਸੀਂ ਆਪ ਅਪਡੇਟ ਨਹੀਂ ਰਹਿੰਦੇ ਥੈਂ ਕੀ ਕਰਾਂਗੇ ਤੇ ਦੂਸਰੀ ਗੱਲ ਆ ਜਿਨ੍ਹਾਂ ਨੇ ਪੈਨਕਲ ਤੋਂ ਸਰਵਿਸਿਜ਼ ਲਈਆਂ ਸਪੈਸ਼ਲੀ ਜਿਹੜਾ ਇੰਨਾ ਸਾਡੇ ਦੇ ਭਰੋਸਾ ਕਰਕੇ ਸਾਡੇ ਕੋਲ ਆਏ ਆ ਤੇ ਉਹ ਸਾਡਾ ਫਰਜ਼ ਬਣ ਜਾਂਦਾ ਕਿ ਬੱਚੇ ਨੂੰ ਪੂਰੇ ਅਪਡੇਟਸ ਨਾਲ ਆਪ ਅਪਡੇਟਸ ਰਹੀਏ ਬੱਚੇ ਨੂੰ ਪੂਰਾ ਅਪਡੇਟ ਰੱਖੀਏ ਬੱਚੇ ਦੀ ਫਾਈਲ ਤੇ ਪ੍ਰੋਪਰ ਜਨੂ ਤਰੀਕੇ ਨਾਲ ਕੰਮ ਕਰੀਏ ਤੇ ਸਟੂਡੈਂਟ ਦਾ ਵੀਜ਼ਾ ਲਈਏ वैसे भी पिनाकल ਚ ਫਾਈਲ ਜਦੋਂ ਵੀ ਹਰ ਬੱਚੇ ਦੀ ਲੱਗਦੀ ਹੈ ਨਾ ਸਾਡਾ ਇੱਕ ਮਾਡਲ ਹੈਗਾ ਹਰ ਬੱਚੇ ਤੋਂ ਉਹਦੀ ਫਾਈਲ ਚੈੱਕ ਆਪ ਬੱਚਾ ਆਪ ਚੈੱਕ ਕਰਦਾ ਬੱਚੇ ਨੂੰ ਪਤਾ ਹੁੰਦਾ ਕਿ ਉਹਦੀ ਫਾਈਲ ਤੇ ਕਿਹੜੇ-ਕਿਹੜੇ ਡਾਕੂਮੈਂਟਸ ਲੱਗੇ ਆ ਉਹਦੀ ਐਸਓਪੀ ਦੇ ਵਿੱਚ ਕੀ ਪਲੋਟ ਬਣਿਆ ਹਰ ਚੀਜ਼ ਬੱਚੇ ਨੂੰ ਪਤਾ ਹੁੰਦੀ ਆ ਤੇ ਇਹ ਚੀਜ਼ ਅਸੀਂ ਤਾਂ ਕਰਾਈ ਦੀ ਆ ਸਿਰਫ ਆਪਣੇ ਤੇ ਜ਼ਿੰਮੇਵਾਰੀ ਲਾਉਣ ਨੂੰ ਨਹੀਂ ਇਹ ਸਿਰਫ ਤਾਂ ਕਰਾਈ ਦੀ ਆ ਕਿ ਬੱਚਾ ਪੋਜ਼ਿਟਿਵ ਰਹੇ ਬੱਚੇ ਨੂੰ ਪਤਾ ਹੋਵੇ ਕਿ ਉਹਦੀ ਫਾਈਲ ਦੇ ਵਿੱਚ ਕਿੰਨੀ ਕ ਮਿਹਨਤ ਕੀਤੀ ਗਈ ਅਸਰਾਜ ਜੀ ਗੱਲਾਂ ਹੀ ਕਰਦੇ ਆ ਜਾਂ ਕੰਮ ਵੀ ਕਰਦੇ ਆ ਸੋ ਹਰ ਫਾਈਲ ਸਪੈਸ਼ਲੀ ਐਸਓਪੀ ਡਿਪਾਰਟਮੈਂਟ ਪੂਰਾ ਕੰਪਲੀਟਲੀ ਮੇਰੇ ਅੰਡਰ ਹੈ ਬੇਟਾ ਸੋ ਜਿਹੜੀ ਐਸਓਪੀ ਦੇ ਪਲਾਟਸ ਬਣਨੇ ਫਾਈਨਲਾਈਜ਼ ਹੋਣੀਆਂ ਚੇਂਜਸ ਹੋਣੀਆਂ ਉਹ ਸਾਰਾ ਡਿਪਾਰਟਮੈਂਟ ਆਪਣੇ ਕਿਉਂਕਿ ਉਹੀ ਇੱਕ ਬੈਕਬੋਨ ਅੱਜ ਦੀ ਰੇਟ ਦੇ ਵਿੱਚ ਜਿਹੜਾ ਕਿ ਦੇਖਿਆ ਗਿਆ 7 ਸਾਲ ਰਿਫਿਊਜ਼ਲ 7 ਸਾਲ ਗੈਪ ਫੁਰ ਕਾਫੀਆ ਵੱਡੀਆਂ ਪ੍ਰੋਫਾਈਲ ਜਿਹੜੀਆਂ ਕਿ ਬੱਚੇ ਹਿੰਮਤ ਛੱਡ ਚੁੱਕੇ ਉਹ ਵੀ ਸੁਪਨਾ ਉਹਨਾਂ ਦਾ ਪੂਰਾ ਹੋਇਆ ਸੋ ਅੱਜ ਇੱਕ ਵਾਰੀ ਮੈਂ ਫੇਰ ਵੀਡੀਓ ਨੂੰ ਐਂਡ ਕਰਦੇ ਹੋਏ ਤੁਹਾਨੂੰ ਨਾਨਕਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਵੀ ਦੇਣੀਆਂ ਚਾਹੂੰਗਾ ਤੇ ਦੂਸਰਾ ਸਾਡੇ ਕਿਸਾਨ ਭਰਾਵਾਂ ਦੀਆਂ ਜਿਹੜੀਆਂ ਮੰਗਾਂ ਮੰਨੀਆਂ ਗਈਆਂ ਉਹਨਾਂ ਵਾਸਤੇ ਵੀ ਤੁਹਾਨੂੰ ਵਧਾਈਆਂ ਦੇਣੀਆਂ ਚਾਹੂੰਗਾ ਤੇ ਇੱਕ ਮੈਂ ਸਟੂਡੈਂਟ ਨੂੰ ਕਹੂੰਗਾ ਪੋਜ਼ਿਟਿਵ ਰੈਂਡ ਸਾਨੂੰ ਸਾਡੇ ਕਿਸਾਨ ਭਰਾਵਾਂ ਤੋਂ ਵੀ ਸਿੱਖਣਾ ਚਾਹੀਦਾ ਕਿ ਜੇਕਰ ਦਾ ਤੁਸੀਂ ਸੱਚੇ ਆ ਜੇਕਰ ਤੁਹਾਡੇ ਫੈਕਟਸ ਸੱਚੇ ਆ ਤੇ ਸਰਕਾਰਾਂ ਵੀ ਝੁਕੀਆਂ ਵਾ ਤੇ ਕਈ ਵਾਰੀ ਬੱਚੇ ਤੁਹਾਨੂੰ ਮੈਂ ਤਾਂ ਕਹਿੰਦਾ ਕਈ ਵਾਰੀ ਬੱਚੇ ਸਵਾਲ ਪੁੱਛਦੇ ਸਰ ਉਹਨਾਂ ਨੇ ਲਿਖਤਾ ਤੁਸੀਂ ਕੈਨੇਡਾ ਨਹੀਂ ਛੱਡੋਗੇ ਹੁਣ ਜਾ ਕੇ ਸੀ ਉਹਨਾਂ ਵਾਸਤੇ ਮੋਟੀਵੇਸ਼ਨ ਆ ਜੇ ਤਾਂ ਤੁਸੀਂ ਸੱਚੇ ਆ ਤੁਹਾਡੀ ਫਾਈਲ 'ਚ ਕੋਈ ਫ ਸਾਡੇ ਅਕੈਡਮੀ ਕੰਪੀਟੀਟਿਵ ਹੈਗੇ ਆ ਬਿਲਕੁਲ ਤੁਸੀਂ ਆਪਣੇ ਕੈਨੇਡਾ ਜਾਣ ਦਾ ਸੁਪਨਾ ਬਿਲਕੁਲ ਪੂਰਾ ਕਰ ਸਕਦੇ ਆ ਸੋ ਅੱਜ ਬਹੁਤ ਖੁਸ਼ੀ ਵਾਲਾ ਦਿਨ ਸਿਕਾ ਸੋ ਅੱਜ ਗੁਨਾਣਾ ਦੇਵੀ ਦੇ ਪ੍ਰਕਾਸ਼ਪੁਰਵ ਤੇ ਜਿਹੜੇ ਕਾਨੂੰਨ ਵੀ ਕੈਨਸਲ ਹੋਏ ਆ ਸੋ ਲੱਖ ਲੱਖ ਵਧਾਈ ਜਿਹੜੀ ਮੈਂ ਸਾਰੇ ਆਪਣੇ ਭੈਣ ਭਰਾਵਾਂ ਸਾਰਿਆਂ ਨੂੰ ਦੇਣਾ ਚਾਹੂੰਗਾ ਤੇ ਉਮੀਦ ਕਰਦਾ ਜਲਦੀ ਹੀ ਵੱਡੇ ਨੰਬਰ ਦੇ ਬਈਰ ਸਟੂਡੈਂਟ ਨੂੰ ਪੋਜ਼ੀਟਿਵ ਰਿਜ਼ਲਟ ਵੀ ਦੇਖਣ ਨੂੰ ਮਿਲਣਗੇ ਨੋਨ ਐਸੇਸ ਵਾਲੇ ਹਿੰਮਤ ਨਾ ਛੱਡਿਓ ਆ ਵੀਡੀਓ ਤੁਹਾਡੇ ਵਾਸਤੇ ਸੀਗੀ ਤੁਹਾਡੀ ਪੋਜ਼ਿਟਿਵਿਟੀ ਲਈ ਸੀਗੀ ਬਟ ਪ੍ਰੋਮੋਸ਼ਨ ਨਹੀਂ ਸੀਗੀ ਮੈਂ ਬਿਲਕੁਲ ਵੀ ਹਜੇ ਨਹੀਂ ਕਹਿ ਰਿਹਾ ਕਿ 51 ਪੀਟੀ ਜੋ ਘੱਟ ਸਕੋਰ ਵੀ ਹੈਗਾ ਆਜੋ ਪੀਨੈਕਲ ਕੋ ਅੱਜ ਵੀ ਕਹਿ ਰਿਹਾ ਆਓ ਪੀਨੈਕਲ ਕੋ ਆਫਰ ਲੈਟਸ ਲੋ ਮਿਹਨਤ ਕਰੋ ਤੁਹਾਡੀ ਅਸੀਂ ਹੈਲਪ ਕਰਾਂਗੇ 58 ਨੋ ਲੈਸ 58 ਤੱਕ ਸਕੋਰ ਆਪਾਂ ਅਚੀਵ ਕਰੀਏ ਬੈਂਡ ਨਹੀਂ ਵਾਦੇ ਪੇ ਉਹ ਵੀ ਇੱਕ ਵਾਰੀ ਆਓ 1 ਟੂ 1 ਕਾਉਂਸਲਿੰਗ ਕਰਾਂਗੇ ਬੇਟਾ ਟਿਪਸ ਐਂਡ ਟ੍ਰਿਕਸ ਦੇਵਾਂਗੇ ਤੁਹਾਡੀ ਟਰਾਈ ਕਰਾਂਗੇ ਕਿ ਤੁਸੀਂ ਆਸ ਵਿੱਚ ਐਸਡੀਐਸ ਕੈਟਾਗਰੀ 6 ਈਚ ਸਕੋਰ ਲੈ ਕੇ ਆਪਣੀ ਫਾਈਲ ਅੰਬੈਸੀ ਚਲਾਓ ਤੇ ਆਪਣੇ ਵੀਜ਼ਾ ਦੇ ਚਾਂਸਸ ਵਧਾਓ ਤੇ ਜੈਨੂ ਤਰੀਕੇ ਨਾਲ ਆਪਣਾ ਵੀਜ਼ਾ ਲਗਵਾ ਕੇ ਬਾਹਰ ਜਾਓ ਸਸ ਸ੍ਰੀ ਗੁਰੂ